ਸਸਿਕਾਲ ਜੀ ਮੇਰਾ ਨਾਮ ਵਿਪੁਲ ਅਜਵਾਲ ਹੈ ਅਤੇ ਮੈਂ ਸਟੇਟ ਕੋਵਿਡ ਕੰਟਰੋਲ ਰੂਮ ਦਾ ਮੈਂਬਰ ਹਾਂ ਮੈਂ ਤੁਹਾਡੇ ਸਾਹਮਣੇ ਰੋਜ਼ਾਨਾ ਦਿੱਤੀ ਜਾਣ ਵਾਲੀ ਜਾਣਕਾਰੀ ਸਾਂਝੀ ਕਰਨ ਵਾਸਤੇ ਹਾਜ਼ਰ ਹਾਂ ਜਿਸ ਦਾ ਅੱਜ 31ਵਾਂ ਦਿਨ ਹੈ ਹੁਣ ਤੱਕ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਵਿੱਚ 25,79,709 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਅਤੇ 179,047 ਲੋਕਾਂ ਦਾ ਮੌਤਾਂ ਦਾ ਕਾਰਨ ਬਣਿਆ ਭਾਰਤ ਵਿੱਚ ਇਸ ਨੇ ਲਗਭਗ 20,471 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਜਿਸ ਦੇ ਵਿੱਚ 652 ਮੌਤਾਂ ਸ਼ਾਮਲ ਹਨ ਚੰਗੀ ਗੱਲ ਇਹ ਹੈ ਕਿ 4,000 ਤੋਂ ਵੱਧ ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਿਹੜੇ ਕਿ ਪੂਰੇ ਵਿਸ਼ਵ ਵਿੱਚ ਬਿਮਾਰੀ ਤੋਂ ਠੀਕ ਹੋਣ ਦੀ ਇੱਕ ਬਹੁਤ ਹੀ ਚੰਗੀ ਰੇਸ਼ੋ ਹੈ ਸਰਕਾਰ ਨੇ ਦੁਹਰਾਇਆ ਹੈ ਕਿ ਕੰਟੇਨਮੈਂਟ ਜ਼ੋਨ ਜਾਂ ਹੌਟਸਪੌਟਾਂ ਵਿੱਚੋਂ ਕਿਸੇ ਵੀ ਉਦਯੋਗਿਕ ਸਰਗਰਮੀ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਜਦਕਿ ਹੋਰ ਖੇਤਰਾਂ ਵਿੱਚ ਉਦਯੋਗਿਕ ਇਕਾਈ ਨੂੰ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਸਰਕਾਰ ਨੇ ਕਰਫਿਊ ਦਾ ਸਮਾਂ ਮੁੱਕਣ ਤੋਂ ਬਾਅਦ ਕਰਫਿਊ ਦੀਆਂ ਪਾਬੰਦਾਂ ਨੂੰ ਹੌਲੀ ਹੌਲੀ ਅਤੇ ਯੋਜਨਾਬੰਦ ਢੰਗ ਨਾਲ ਕਿਸ ਤਰ੍ਹਾਂ ਹਟਾਉਣਾ ਹੈ ਇਸ ਬਾਰੇ ਆਪਣੀ ਰਣਨੀਤੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਮਾਮਲੇ ਲਈ ਸਰਕਾਰ ਨੇ ਜ਼ਮੀਨੀ ਸਥਿਤੀ ਜਾਂਚ ਕਰਨ ਅਤੇ ਯੋਜਨਾ ਬਣਾ ਕੇ ਪੇਸ਼ ਕਰਨ ਲਈ ਇੱਕ ਟਾਸਕ ਫੋਰਸ ਵੀ ਬਣਾ ਦਿੱਤੀ ਹੈ ਕੋਰੋਨਾ ਦੌਰਾਨ ਚੱਲ ਰਹੇ ਕਰਫਿਊ ਅਤੇ ਇਕਾਂਤਵਾਸ ਅਤੇ ਇਕੱਲਾਪਨ ਵਿੱਚ ਰਹਿਣ ਕਾਰਨ ਲੋਕਾਂ 'ਚ ਕਾਫੀ ਮਾਨਸਿਕ ਤਣਾਅ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਜਿਹਨੂੰ ਨਜਿੱਠਣ ਲਈ ਸਰਕਾਰ ਵੱਲੋਂ ਇੱਕ ਕਾਉਂਸਲਿੰਗ ਹੈਲਪਲਾਈਨ ਇਸਟੈਬਲਿਸ਼ ਕੀਤੀ ਗਈ ਸਥਾਪਿਤ ਕੀਤੀ ਗਈ ਹੈ ਜਿਹਦਾ ਨੰਬਰ ਹੈਗਾ 1800-4104 ਇਹਦੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਜਿਹੜੇ ਪ੍ਰੋਫੈਸ਼ਨਲ ਮਾਹਿਰ ਕਾਉਂਸਲਰਸ ਹੈ ਉਹਨਾਂ ਦੇ ਨਾਲ ਗੱਲ ਕਰਕੇ ਆਪਣੇ ਜਿਹੜੇ ਮਾਨਸਿਕ ਤਣਾਅ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਸਰਕਾਰ ਸ਼ੱਕੀ ਮਾਮਲੇ ਦੇ ਨਮੂਨੇ ਦੀ ਜਾਂਚ ਕਰ ਰਹੀ ਹੈ ਅਤੇ ਸੰਬੰਧਿਤ ਰਾਜ ਨੇ ਟੈਸਟ ਲਈ ਕੁੱਲ 78,83 ਨਮੂਨੇ ਭੇਜੇ ਹਨ ਜਿਨ੍ਹਾਂ ਵਿੱਚੋਂ 7100 ਨਮੂਨਿਆਂ ਦੀ ਜਾਂਚ ਨੈਗੇਟਿਵ ਪਾਈ ਗਈ ਹਾਲਾਂਕਿ ਹੁਣ ਤੱਕ ਕੁੱਲ 257 ਨਮੂਨੇ ਪਾਜ਼ਿਟਿਵ ਪਾਏ ਗਏ ਕੱਲ ਤੱਕ ਇੱਕ ਆਂਕੜਾ 251 ਦਾ ਸੀ ਬਦਕਿਸਮਤ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਸੱਲੀ ਬਖਸ਼ ਗੱਲ ਇਹ ਹੈ ਕਿ ਸੂਬੇ ਵਿੱਚ 53 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਅੱਜ ਕੋਈ ਵੀ ਨਵਾਂ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅੱਜ ਦਾ ਦਿਵਸ ਅਤੇ ਇਸ ਮੌਕੇ ਤੇ ਪੰਜਾਬ ਸਰਕਾਰ ਕੋਵਿਡ ਸੰਕਟ ਦੇ ਬਾਵਜੂਦ ਧਰਤੀ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਉਂਦੀ ਹੈ ਇਸ ਸੰਬੰਧ ਵਿੱਚ ਸਰਕਾਰ ਨੇ 21,000 ਵਨ ਮਿੱਤਰਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾਈ ਹੈ ਇਹ ਵਨ ਮਿੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਤੇ ਰਾਜਭਰ ਵਿੱਚ ਲਗਾਏ 73,00,000 ਬੂਟੀਆਂ ਦੀ ਰਾਖੀ ਲਈ ਲਗਾਏ ਜਾਣਗੇ ਸਾਨੂੰ ਕਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਕਈ ਸਵਾਲ ਮਿਲ ਰਹੇ ਹਨ ਅਤੇ ਕੱਲ ਦੀ ਤਰ੍ਹਾਂ ਅਸੀਂ ਉਹਨਾਂ ਦੇ ਵਿੱਚੋਂ ਕੁਝ ਸਵਾਲਾਂ ਦਾ ਜਵਾਬ ਦੇਣ ਦੀ ਅੱਜ ਕੋਸ਼ਿਸ਼ ਕਰਾਂਗੇ ਅੱਜ ਇੱਕ ਸਵਾਲ ਸਾਡੇ ਸਾਹਮਣੇ ਜਿਹੜਾ ਵਾਰ ਵਾਰ ਪੁੱਛਿਆ ਗਿਆ ਕਈ ਥਾਵਾਂ ਤੋਂ ਉਹ ਇਹ ਸੀਗਾ ਕਿ ਜਿਹੜੇ ਕੋਵਿਡ ਦੇ ਮਰੀਜ਼ ਜੋ ਆਪਣੀ ਮਰਜ਼ੀ ਨਾਲ ਪ੍ਰਾਈਵੇਟ ਹਸਪਤਾਲ ਤੋਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਆ ਉਹਨਾਂ ਦੇ ਬਾਰੇ ਸਰਕਾਰ ਦਾ ਕੀ ਸਟੇਟਸ ਹੈ ਤੇ ਸਰਕਾਰ ਦੀ ਕੀ ਹਿਦਾਇਤ ਹੈ ਸਭ ਤੋਂ ਪਹਿਲਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸਾਡੇ ਜਿਹੜੇ ਸਰਕਾਰੀ ਹਸਪਤਾਲ ਨੇ ਉਹ ਕੋਵਿਡ ਮਰੀਜ਼ਾਂ ਦੀ ਇਲਾਜ ਲਈ ਪੂਰੀ ਤਰ੍ਹਾਂ ਸਮਰਥ ਹਨ ਸਾਡੇ ਕੋਲ ਸਾਰੀ ਸੁਵਿਧਾਵਾਂ ਉਪਲਬਧ ਹਨ ਫਿਰ ਵੀ ਜੇਕਰ ਕੋਈ ਆਪਣੀ ਮਰਜ਼ੀ ਨਾਲ ਪ੍ਰਾਈਵੇਟ ਹਸਪੀਟਲ ਤੋਂ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਇਲਾਜ ਦੇ ਬਣਦੇ ਖਰਚੇ ਦਾ ਭੁਗਤਾਨ ਉਹਨੇ ਖੁਦ ਨੇ ਕਰਨਾ ਪੈਣਾ ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਕੋਈ ਵੀ ਪ੍ਰਾਈਵੇਟ ਹਸਪੀਟਲ ਕੋਵਿਡ ਦੇ ਮਰੀਜ਼ਾਂ ਤੋਂ ਜਦੋਂ ਪੈਸਾ ਲੈਣਾ ਉਹਨੇ ਉਹਨਾਂ ਨੂੰ ਚਾਰਜ ਕਰਨਾ ਭੁਗਤਾਨ ਕਰਵਾਉਣਾ ਉਹ CGHS ਜਿਹੜੀ NCR ਦੀ ਰੇਟਾਂ ਹੈ ਉਹਨਾਂ ਤੋਂ ਵੱਧ ਉਹ ਉਹਨਾਂ ਨੂੰ ਚਾਰਜ ਨਹੀਂ ਕਰ ਸਕਦਾ ਔਰ ਆਮ ਲੋਕਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਉਹ ਜਿਹੜੀ CGHS ਰੇਟਾਂ ਹੈ ਉਹ ਵੈਬਸਾਈਟ ਹੈ ਸਾਡੀ ਨੋਟ ਕਰ ਸਕਦੇ ਹਾਂ cghs.gov.in ਤੇ ਜਾ ਕੇ ਉਹ ਸਾਡੀ ਰੇਟਾਂ ਦੀ ਜਾਣਕਾਰੀ ਉੱਥੋਂ ਤੋਂ ਲੈ ਸਕਦੇ ਹਾਂ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਇਹ ਵੀ ਪੁੱਛਿਆ ਹੈ ਕਿ ਚਮੜੀ ਤੇ ਐਲਕੋਹਲ ਜਾਂ ਕਲੋਰੀਨ ਦਾ ਛਿੜਕਾਅ ਕਰਨਾ ਕੀ ਕੋਰੋਨਾ ਵਾਇਰਸ ਨੂੰ ਮਾਰ ਸਕਦਾ ਹੈ ਇਹਦਾ ਜਵਾਬ ਹੈ ਨਾ ਐਲਕੋਹਲ ਜਾਂ ਕਲੋਰੀਨ ਦਾ ਛਿੜਕਾਅ ਕਰਨਾ ਚਮੜੀ ਲਈ ਨੁਕਸਾਨਦੇਹ ਹੈ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਰੱਖਣ ਲਈ ਸਾਬਣ ਜਾਂ ਪਾਣੀ ਜਾਂ ਐਲਕੋਹਲ ਆਧਾਰਿਤ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਤੇ ਧਿਆਨ ਰੱਖਣਾ ਹੈ ਕਿ ਜਿਹੜਾ ਐਲਕੋਹਲ ਆਧਾਰਿਤ ਹੈਂਡ ਸੈਨੇਟਾਈਜ਼ਰ ਹੈ ਉੱਤੇ ਐਲਕੋਹਲ ਦਾ ਜਿਹੜਾ ਕੰਟੈਂਟ ਹੈ ਉਹ 70% ਹੈ ਉਸ ਤੋਂ ਵੱਧ ਹੋਣਾ ਚਾਹੀਦਾ ਹੈ ਇੱਕ ਸਵਾਲ ਇਹ ਆਇਆ ਸੀ ਕਿ ਵਿਟਾਮਿਨ ਸੀ ਦੀ ਵਾਧੂ ਵਰਤੋਂ ਕੋਰੋਨਾ ਵਾਇਰਸ ਦੇ ਇਲਾਜ ਵਿੱਚ ਮਦਦ ਕਰ ਸਕਦੀ ਹੈ ਅਸੀਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਵਿਟਾਮਿਨ ਸੀ ਕੋਰੋਨਾ ਵਾਇਰਸ ਦਾ ਇਲਾਜ ਨਹੀਂ ਕਰਦਾ ਹੈ ਵਿਟਾਮਿਨ ਸੀ ਦੀ ਵਰਤੋਂ ਸੇ ਤੁਹਾਡੀ ਜਿਹੜੀ ਇਮਿਊਨਿਟੀ ਹੈ ਤੁਹਾਡੀ ਜਿਹੜੀ ਰੋਗ ਪ੍ਰਤੀਰੋਧਕ ਸ਼ਮਤਾ ਹੈ ਉਹ ਵਧਦੀ ਹੈ ਬਟ ਇੱਥੇ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਵਾਧੂ ਵਿਟਾਮਿਨ ਸੀ ਦੀ ਵੀ ਵਰਤੋਂ ਕੋਈ ਚੰਗੀ ਗੱਲ ਨਹੀਂ ਕਿ ਕੋਰੋਨਾ ਵਾਇਰਸ ਕੇਵਲ ਕੁਝ ਘੰਟਿਆਂ ਲਈ ਜ਼ਿੰਦਾ ਰਹਿ ਸਕਦਾ ਹੈ ਕੋਰੋਨਾ ਵਾਇਰਸ ਕੁਝ ਘੰਟਿਆਂ ਤੋਂ ਲੈ ਕੇ ਕੁਝ ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ ਇਹ ਡਿਪੈਂਡ ਕਰਦਾ ਹੈ ਉਸ ਵੇਲੇ ਚਾਰੋਂ ਪਾਸੇ ਜਿਹੜੀ ਐਨਵਾਇਰਨਮੈਂਟ ਕੰਡੀਸ਼ਨ ਹੈ ਵਾਤਾਵਰਣ ਦੀ ਪ੍ਰਸਥਿਤੀਆਂ ਹੈ ਅਤੇ ਕਿਹੜੀ ਸਤਹ ਤੇ ਉਹ ਵਾਇਰਸ ਹੈ ਜਿਵੇਂ ਵੱਖਰੀ ਵੱਖਰੀ ਸਤਹਾਂ ਹੈ ਤਾਂ ਉਹਨਾਂ ਦੇ ਵਾਇਰਸ ਦੇ ਜਿਉਂਦੇ ਰਹਿਣ ਦੀ ਜਿਹੜੀ ਟਾਈਮ ਹੈ ਉਹ ਵੱਖਰਾ ਵੱਖਰਾ ਹੈ ਅੰਤ ਵਿੱਚ
ਅਸੀਂ ਕੋਰੋਨਾ ਵਾਇਰਸ ਦੇ ਖਿਲਾਫ ਇਸ ਲੜਾਈ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਕੋਰੋਨਾ ਵਾਇਰਸ ਦੀ ਲੜਾਈ ਵਿੱਚ ਸਮਾਜਿਕ ਦੂਰੀਆਂ ਬਣਾਏ ਰੱਖੋ ਅਤੇ ਆਪਣੇ ਹੱਥਾਂ ਦੀ ਸਫਾਈ ਦੀ ਖਾਸ ਧਿਆਨ ਰੱਖੋ। ਘਰ ਰਹੋ, ਸੁਰੱਖਿਅਤ ਰਹੋ ਅਤੇ ਸਿਹਤਮੰਦ ਰਹੋ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮਾਈ ਨੇਮ ਇਜ਼ ਵਿਪੁਲ ਅਜਵਲ ਐਂਡ ਆਮ ਅ ਮੈਂਬਰ ਆਫ ਸਟੇਟ ਕੋਵਿਡ ਕੰਟਰੋਲ ਗਰੁੱਪ। ਆਮ ਹੇਅਰ ਫੋਰ ਦ ਡੇਲੀ ਮੀਡੀਆ ਬ੍ਰੀਫਿੰਗ ਬ੍ਰੌਟ ਟੂ ਯੂ ਬਾਈ ਦ ਕੰਟਰੋਲ ਗਰੁੱਪ। ਟੁਡੇ ਇਜ਼ ਦ 31st ਡੇ ਆਫ ਸ਼ੇਅਰਿੰਗ ਇਨਫੋਰਮੇਸ਼ਨ ਅਬਾਊਟ ਪੰਜਾਬ ਸਟੇਟਸ ਐਫਰਟਸ ਫੋਰ ਕੰਟਰੋਲਿੰਗ ਦ ਕੋਰੋਨਾ ਵਾਇਰਸ ਸਿਚੁਏਸ਼ਨ ਇਨ ਦ ਸਟੇਟ। ਟੁਡੇ ਕੋਰੋਨਾ ਵਾਇਰਸ ਹੈਜ਼ ਇਨਫੈਕਟਿਡ 25,79,709 ਪੀਪਲ ਐਂਡ ਹੈਜ਼ ਕੌਜ਼ਡ 1,79,047 ਡੈਥਸ ਵਰਲਡ ਵਾਈਡ। ਇਨ ਕੇਸ ਆਫ ਇੰਡੀਆ ਇਟ ਹੈਜ਼ ਇਨਫੈਕਟਿਡ 20,471 ਪੀਪਲ ਇੰਕਲੂਡਿੰਗ 652 ਡੈਥਸ। However, we have almost 4,000 recovered patients, which is one of the best ratios in the world. In line with its earlier stand, the government has reiterated that no industrial activity will be allowed in the containment zones or hotspots, while in other areas, industrial units will be allowed as per government guidelines. The government has also started to work on its strategy about how to lift curfew restrictions gradually and systematically. For this matter, the government has set up a task force to look into the ground situation and propose a plan. The Punjab government has launched a free helpline for counseling to all those who are experiencing mental stress and loneliness due to this statewide curfew. This helpline number is 1-800-180-4104. This helpline is working round the clock. To contain the spread of the virus, the Punjab government is testing the samples of suspected cases. And in this regard, the state has sent 7,887 samples for testing, out of which 7,100 samples were tested negative. However, 257 samples were found positive till date. Yesterday, this figure of positive cases was 251. Unfortunately, 16 people have died till date. But the good news is 553 are totally cured. However, no new death case is reported today. Today is the Earth Day, and on this occasion, Punjab government has reiterated its commitment to improve the environment of the planet despite the COVID crisis. In this regard, government has planned to debut 21,000 vanmitras. These vanmitras will look into those 73 lakh saplings that are planted across the state on the occasion of 550th Prakash Purab of Shri Guru Nanak. We are receiving multiple questions on various social media platforms, and like yesterday, we will try to answer some of them. In the end, we thank you all for your support in this battle against the coronavirus. And please remember to maintain social distance and keep your hands clean. Stay home, stay safe, and stay healthy. Thank you.